ਸ਼ਾਮਾਂ ਦਾਣ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨਾਮ ਲਿਆ ਕੰਨੋ ਪਿਆਰ ਪਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਮੈਂ ਗੁਜ਼ਾਰਿਸ਼ ਕਰਦਾ ਕਿ ਜਿਹੜੇ ਵੀ ਇਸ ਵਕਤ ਸਾਡੇ ਨਾਲ ਜੁੜੇ ਨੇ ਉਹ YouTube ਚੈਨਲ ਰੇਡੀਓ ਪੰਜਾਬ ਟੂਡੇ ਦਾ ਵੱਤ ਤੋਂ ਵੱਤ ਸਬਸਕ੍ਰਾਈਬ ਕਰੋ ਜੀ ਇਸ ਤੋਂ ਇਲਾਵਾ ਐਪ ਨੂੰ ਵੱਤ ਤੋਂ ਵੱਤ ਜਿੰਨਾ ਹੋ ਸਕੇ ਪਹਿਲਾ ਸਮਾਂ ਮਿਲੇ ਤੁਸੀਂ ਐਪ ਨੂੰ ਵੀ ਜਿਹੜਾ ਪਲੀਜ਼ ਯੂਜ਼ ਕਰਿਆ ਕਰੋ ਜੀ ਪ੍ਰੋਗਰਾਮ ਦਾ ਆਗਾਜ਼ ਕਰਦੇ ਟੀਲ ਸਭ ਤੋਂ ਸਿੱਖਾਲੀ ਸਤ ਸ੍ਰੀ ਅਕਾਲ ਰਾਜ ਸਭਾ ਪੁਚੀਰਮੈਂਡ ਦੀ ਚੋਣ ਐਂਡੀ ਉਮੀਦਵਾਰ ਹਰੀ ਵੰਸ਼ ਨੇ ਜਿੱਤ ਲਈ ਹੈ ਜੀ ਇਹ ਕਾਲੀ ਦਲ ਵਾਲਿਆਂ ਦਾ ਕੀ ਬਣਿਆ ਜੀ ਇਹ ਬੜਾ ਨਰਾਜ਼ਗੀ ਜੀ ਦਿਖਾ ਰਹੇ ਸੀ ਵੀ ਰਕੀਰ ਕਹਿੰਦੇ ਸਹਿੰਦੇ ਸਹਿੰਦੇ ਮੰਨ ਗਏ ਕੀ ਬਣਿਆ ਨਾ ਜੀ ਮਨਾਉਣ ਦੀ ਲੋੜ ਹੀ ਪਈ ਜੀ ਪਹਿਲੀ ਗੱਲ ਤੇ ਇਹ ਕਿ ਮੈਂ ਜਿਹੜੇ ਇਹ ਰਾਜ ਸਭਾ ਦੇ ਮੈਂਬਰ ਚੁਣੇ ਗਏ ਹੈ ਮਿਸਟਰ ਹਰੀ ਵੰਸ਼ ਜੀ ਇਹਨਾਂ ਦੀ ਤਾਰਫ ਕਰਾ ਦੇ ਜਨਪਸ਼ੰਕ ਰਾਜਾਂ ਸਾਡੇ ਸਰੋਤਿਆਂ ਇਹ ਇੱਕ ਪੱਤਰਕਾਰ ਹੈ ਜੀ ਬੜਾ ਲੰਬਾ ਸਮਾਂ ਇਹਨੇ ਪੱਤਰਕਾਰੀ ਕੀਤੀ ਹੈ ਜਦੋਂ ਜੈ ਪ੍ਰਕਾਸ਼ ਨਰੈਣ ਨੇ ਮੂਵਮੈਂਟ ਸ਼ੁਰੂ ਕੀਤੀ ਸੀਗੀ ਹੂੰ ਹੂੰ ਉਸ ਮੂਵਮੈਂਟ ਦਾ ਹਿੱਸਾ ਸੀ ਜੀ ਉਹਦੇ ਨਾਲੇ ਹਿੱਸਾ ਰਹੇ ਸੀ ਅਰ ਇਹਨਾਂ ਨੇ ਪੱਤਰਕਾਰਤਾ ਦੇ ਵਿੱਚ ਬਹੁਤ ਨਾਮ ਕਮਾਇਆ ਜੀ ਜਿੱਦ ਦਿਨ ਇਹਨਾਂ ਨੂੰ ਰਾਜ ਸਭਾ ਦਾ 2014 ਦੇ ਵਿੱਚ ਮੈਂਬਰ ਬਣਾਉਣ ਲਈ ਗੱਲ ਕੀਤੀ ਗਈ ਉਦਨੇ ਜਨਤਾ ਦਲ ਯੂनाइटेड ਮਤਲਬ ਨਤੀਸ਼ ਕੁਮਾਰ ਵਾਲੀ ਦੀ ਪਾਰਟੀ ਹੈ ਜੀ ਉਹਦੇ ਮੈਂਬਰ ਵੀ ਹੈ ਨਹੀਂ ਸੀ ਨਤੀਸ਼ ਕੁਮਾਰ ਨੇ ਬੁਲਾਇਆ ਕਿ ਬੰਦਾ ਚੰਗਾ ਹੈ ਹੂੰ ਹੂੰ ਨਾਮ ਬਹੁਤ ਹੈ ਇਹਨੂੰ ਆਪਾਂ ਰਾਜ ਸਭਾ ਦਾ ਮੈਂਬਰ ਬਣਾ ਦੇ ਜੀ ਉਹ ਤੋਂ ਪਹਿਲਾਂ ਜਦੋਂ ਚੰਦਰ ਸ਼ੇਖਰ ਸਾਹਿਬ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ ਜੀ ਉਦੋਂ ਇਹ ਉਹਨਾਂ ਦੇ ਐਡੀਸ਼ਨਲ ਮੀਡੀਆ ਐਡਵਾਈਜ਼ਰ ਹੁੰਦੇ ਸੀ ਤਾਂ ਰਾਜ ਸਭਾ ਵਾਸਤੇ ਇਹਨਾਂ ਨੇ ਨੋਮੀਨੇਸ਼ਨ ਪੇਪਰ ਫਾਈਲ ਕੀਤਾ ਉਹ ਫਾਰਮ ਲੈਣਾ ਪੈਂਦਾ ਜੀ 10000 ਰੁਪਏ ਚ ਜੀ ਕਿਉਂਕਿ ਇਹ ਖਰਚਾ ਵਗੈਰਾ ਆਉਂਦਾ ਫੀਸ ਜਿਹੜੀ ਹੈਗੀ ਆ ਉਹ ਭਰਨੀ ਪੈਂਦੀ ਹੈ 10000 ਦੀ ਜੇ ਮੁਕਾਬਲਾ ਹੋਵੇ ਤਾਂ ਫਿਰ ਉਹ ਫੀਸ ਖਤਮ ਹੋ ਜਾਂਦੀ ਹੈ ਜੀ ਤੇ ਜਦੋਂ ਕਿਸੇ ਹੋਰ ਨੇ ਇਹਨਾਂ ਦੇ ਮੁਕਾਬਲੇ ਦੇ ਉੱਤੇ ਨਾ ਨੋਮੀਨੇਸ਼ਨ ਪੇਪਰ ਫਾਈਲ ਕੀਤਾ ਜੀ ਤਾਂ ਫਿਰ ਇਹ ਬਿਨਾਂ ਮੁਕਾਬਲੇ ਤੋਂ ਨਹੀਂ ਗਈ ਤੇ 10000 ਰੁਪਈਆ ਵੀ ਇਹਨਾਂ ਦਾ ਵਾਪਸ ਆ ਗਿਆ ਜੀ ਸੋ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਦਾ ਪਹਿਲਾ ਖੁਸ਼ਕਿਸਮਤ ਜੀ ਇਹ ਰਾਜ ਸਭਾ ਦਾ ਮੈਂਬਰ ਹੈ ਜਿਹੜਾ 1 ਰੁਪਿਆ ਲੱਗੇ ਤੋਂ ਬਗੈਰ ਰਾਜ ਸਭਾ ਦਾ ਮੈਂਬਰ ਨਹੀਂ ਸੀ ਤੇ ਕਿਸੇ ਵੀ ਪਾਰਟੀ ਦਾ ਮੈਂਬਰ ਨਹੀਂ ਸੀ ਜੀ ਜੀ ਇਮੇਜ ਵਿੱਚ ਹੁਣ ਜਿਹੜੀ ਹੈ ਇਹਨਾਂ ਦੀ ਲਾਟਰੀ ਰਾਜ ਸਭਾ ਦੀ ਜਿਹੜੀ ਡਿਪਟੀ ਚੇਅਰਮੈਨੀ ਵਾਲੀ ਹੈ ਜੀ ਉਹ ਨਿਕਲੀ ਅਸਲ ਦੇ ਵਿੱਚ ਕਹਾਣੀ ਇਹ ਸੀ ਕਿ ਪਿਛਲੇ ਸਮੇਂ 'ਚ ਜਤਾਦਲ ਯੂਨਾਈਟਿਡ ਜੀ ਮਹਾਗਠ ਜੋੜ ਨੂੰ ਛੱਡ ਕੇ ਤੇ ਬੀਜੇਪੀ ਨਾਲ ਗਿਆ ਸੀ ਸਾਂਝ ਪਹਿਲਾਂ ਵੀ ਬੀਜੇਪੀ ਨਾਲ ਸੀ ਹੂੰ ਹੂੰ ਫਿਰ ਦੇਖਿਆ ਵੀ ਬੀਜੇਪੀ ਦੀ ਹਾਲਤ ਕੁਝ ਡਾਢੀ ਖਰਾਬ ਹੁੰਦੀ ਜਾਂਦੀ ਹੈ ਜੀ ਖਾਸ ਕਰ ਬਿਹਾਰ ਦੇ ਸੰਦਰਭ ਵਿੱਚ ਤੇ ਇਹਨਾਂ ਨੇ ਥੋੜੀਆਂ ਜੀਆਂ ਅੱਖਾਂ ਦਿਖਾਉਣੀਆਂ ਸ਼ੁਰੂ ਕਰਤੀਆਂ ਸੀ ਜੀ ਮੌਸਮ ਵਿਗਿਆਨੀ ਤਾਂ ਰਾਮ ਬਲਾਸ ਪਾਸਵਾਨ ਵੀ ਬਹੁਤ ਵੱਡਾ ਹੈ ਤੇ ਕਟਨ ਨतीश ਕੁਮਾਰ ਵੀ ਹੈ ਨਹੀਂ ਜੀ ਲੇਕਿਨ ਹੁਣ ਇਹ ਕਹਿੰਦਾ ਪਊ ਕਿ ਇਹਨਾਂ ਦੋਨਾਂ ਤੋਂ ਵੱਡਾ ਮੌਸਮ ਵਿਗਿਆਨੀ ਹੈ ਅਮਿਤ ਸ਼ਾਹ ਅਮਿਤ ਸ਼ਾਹ ਜੀ ਅਮਿਤ ਸ਼ਾਹ ਨੇ ਵੀ ਦੇਖ ਲਿਆ ਵੀ ਗੱਲ ਤਾਂ ਖਰਾਬ ਹੁੰਦੀ ਹੈ ਜੀ ਸੋ ਅਮਿਤ ਸ਼ਾਹ ਨੇ ਇੱਕ ਦੁਆਰੀ ਜਾ ਕੇ ਗੱਲਾਂ ਬਾਤਾਂ ਕੀਤੀਆਂ ਠੰਡਾ ਕੀਤਾ ਨतीश ਕੁਮਾਰ ਨੂੰ ਤੇ ਹੁਣ ਜਦੋਂ ਆ ਚੋਣ ਆ ਗਈ ਉਹ ਚੋਣ ਵੇਲੇ ਫਿਰ ਉਹਨਾਂ ਨੇ ਕਹਿਤਾ ਵੀ ਠੀਕ ਹੈ ਆਪਾਂ ਇਦੇ ਨਾਲ ਇੱਕ ਪ੍ਰਤੀਰ ਨਾਲ ਦੋ ਨਿਸ਼ਾਨੇ ਕਰ ਲੀ ਗਏ ਜੀ ਨਾਲੇ ਤਾਂ ਆਪਾਂ ਰਾਜ ਸਭਾ ਦੇ ਵਿੱਚ ਡਿਪਟੀ ਚੇਅਰਮੈਨ ਐ ਐਨਡੀਏ ਦਾ ਬਣਾ ਲੀਏ ਹੂੰ ਹੂੰ ਤੇ ਨਾਲ ਇਹ ਨਤੀਸ਼ ਕੁਮਾਰ ਨੂੰ ਵੀ ਥੋੜਾ ਜਿਹਾ ਠੰਡਾ ਕਰ ਲੀਏ ਉਹ ਸੰਤੁਸ਼ਟ ਹੋ ਜੀ ਜੀ ਇਹ ਤਾਂ ਹੈਗੀ ਇਹਨਾਂ ਦੀ ਉਮੀਦਵਾਰੀ ਦਾ ਇਸ ਤਰ੍ਹਾਂ ਹੋਇਆ ਸਾਬ ਹੂੰ ਹੂੰ ਅਰਹੀ ਗੱਲ ਅਕਾਲੀ ਦਲ ਦੀ ਹੁਣ ਖਬਰ ਇਹ ਆਈ ਹੈ ਕਿ ਅਕਾਲੀ ਦਲ ਵਾਲਿਆਂ ਨੇ ਇਹ ਥੋੜਾ ਜਿਹਾ ਮਤਲਬ ਪਹਿਲਾਂ ਜਹਰ ਕੀਤਾ ਸੀ ਆਪਣਾ ਖਿਆਲ ਜੀ ਕਿ ਨਰੇਸ਼ ਗੁਜਰਾਲ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨਰਕਮਾਰ ਗੁਜਰਾਲ ਦੇ ਪੁੱਤਰ ਹੈ ਜੀ ਉਹਨਾਂ ਨੂੰ ਅਸੀਂ ਡਿਪਟੀ ਚੇਅਰਮੈਨ ਬਣਾਉਣਾ ਚਾਹੁੰਦੇ ਆ ਅੱਜ ਆਕਾਲੀ ਦਲ ਦੇ ਖੇਮੇ ਤੋਂ ਜਿਹੜੀ ਖਬਰ ਬਾਹਰ ਆਈ ਹੈ ਜੀ ਕਹਿੰਦੇ ਜੀ ਇੱਕ ਬਹੁਤ ਸੀਨੀਅਰ ਮੰਤਰੀ ਤੇ ਬੜੇ ਵੱਡੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਨੇਰੇਸ਼ ਗੁਜਰਾਲ ਨੂੰ ਇਹ ਗੱਲ ਕਹਿਤੀ ਸੀ ਕਿ ਤੁਸੀਂ ਤਿਆਰੀ ਕਰੋ ਜੀ ਨੋਮੀਨੇਸ਼ਨ ਪੇਪਰ ਫਾਈਲ ਕਰੋ ਅਸੀਂ ਤੁਹਾਨੂੰ ਬਣਾਉਣਾ ਹੈ ਹੂੰ ਕਹਿੰਦੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਉਸ ਵੇਲੇ ਬੀਬੀ ਹਰਸਿਮਰਸੌਰ ਬਾਦਲ ਵੀ ਕੋਲੇ ਸੀ ਅੱਛਾ ਜੀ ਲੇਕਿਨ ਜਦੋਂ ਲਾਟਰੀ ਨਿਕਲੀ ਤਾਂ ਲਾਟਰੀ ਤਾਂ ਹਰੀਵੰਸ਼ ਉਹਨਾਂ ਦੀ ਹਰੀਵੰਸ਼ ਆਈ ਨਿਕਲੀ ਜਦੋਂ ਉਹਨਾਂ ਦੀ ਨਿਕਲਾਈ ਤੇ ਜੀ ਫਿਰ ਅਕਾਲੀ ਦਲ ਦੀ ਨਾਰਾਜ਼ਗੀ ਹੋ ਗਈ ਇੱਥੇ ਮੈਂ ਥੋੜਾ ਜਿਆ ਗੱਲ ਕਹੂੰਗਾ ਕਿ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਜੀ ਤੇ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਅੱਛਾ ਜੀ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਨਾ ਹਮ ਹਮ ਕਿ ਪ੍ਰਕਾਸ਼ ਸਿੰਘ ਬਾਦਲ ਤੱਕ ਹੀ ਹੈ ਸਭ ਕੁਝ ਜੀ ਉਨਾ ਦੀ ਗੱਲ 'ਚ ਧਾਮ ਹੈ ਜੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਜੋ ਕੁਝ ਕਰਨਾ ਹੁੰਦਾ ਹੂੰ ਹੂੰ ਉਹ ਕਰ ਲੈਂਦੇ ਸੀ ਜ਼ਿਆਦਾ ਤੌਰ 'ਤੇ ਕਿਸੇ ਨੂੰ ਯਾਰ ਨਹੀਂ ਹੋਣ ਦਿੰਦੇ ਸੀ ਕਿ ਪਤਾ ਹੀ ਨਹੀਂ ਸੀ ਲੱਗਨ ਦਿੰਦੇ ਮੈਂ ਕਰਨਾ ਕੀ ਹੈ ਭਾਰਤੀ ਜਨਤਾ ਪਾਰਟੀ ਇੱਕ Hindu Dharma Adhar Party ਹੈ ਜੀ ਅਲਾਨੀਆਂ ਕਹਿੰਦੇ ਆਰਐਸਐਸ ਬਣੇ ਦੇ ਨਾਲ ਭਾਈ ਅਸੀਂ ਹੈਗੇ ਅਲਾਨੀਆਂ ਕਹਿੰਦੇ ਕਿ ਇਸ ਦੇਸ਼ ਦਾ Hindu ਕਰਨ ਕਰਨਾ ਹੈ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ ਹੂੰ ਹੂੰ ਲੇਕਿਨ ਪ੍ਰਕਾਸ਼ ਸਿੰਘ ਬਾਦਲ ਇੱਕ ਦਲੀਲ ਦਿੰਦੇ ਹੁੰਦੇ ਆਏ ਕਿ ਪੰਜਾਬ ਦੀ ਅਮਨ ਸ਼ਾਂਤੀ ਦੀ ਖਾਤਰ ਪਾਈ ਪੰਜਾਬ ਦੇ ਲੋਕਾਂ ਨੂੰ ਬਚਾਉਣ ਵਾਸਤੇ ਅਕਾਲੀ ਦਲ ਨੇ ਬੀਜੇਪੀ ਨਾਲ ਇੱਕ ਸਮਝੌਤਾ ਕੀਤਾ ਵੈ ਜੀ ਔਰ ਜਦੋਂ ਫਿਰ ਉਸ ਸਮਝੌਤੇ ਦੀ ਮਹੱਤਤਾ ਬਾਰੇ ਗੱਲ ਕਰਦੇ ਆ ਹਾਂਜੀ ਉਹ ਕਹਿੰਦੇ ਵੀ ਸਾਡਾ ਰਿਸ਼ਤਾ ਉਵੇਂ ਹੈ ਜਿਵੇਂ ਨਾਹ ਦਾ ਤੇ ਮਾਸ ਦਾ ਜੀ ਤੇ ਜਦੋਂ ਬਾਦਲ ਸਾਹਿਬ ਰੰਗਾਂ ਚ ਹੁੰਦੇ ਆ ਹੂੰ ਹੂੰ ਉਹ ਤੋਂ ਫਿਰ ਇਦੂ ਵੀ ਕਾਂ ਟੱਪ ਜਾਂਦੇ ਆ ਕਹਿੰਦੇ ਜੀ ਸਾਡਾ ਰਿਸ਼ਤਾ ਤਾਂ ਉਵੇਂ ਹੈ ਜਿਵੇਂ ਤੀਮੀ ਦਾ ਤੇ ਆਦਮੀ ਦਾ ਹੁੰਦਾ ਆਦਮੀ ਦਾ ਹੁੰਦਾ ਪਤੀ ਤੇ ਪਤਨੀ ਬੜਾ ਰਿਸ਼ਤਾ ਜੀ ਸਾਡਾ ਤਾਂ ਇਹਨਾਂ ਦੇ ਨਾਲ ਇਹ ਨਹੀਂ ਦੱਸਦੇ ਪਤੀ ਕੌਣ ਇਹ ਕੌਣ ਤੇ ਚਲੋ ਨਹੀਂ ਦੱਸਦੇ ਪਤੀ ਪਤਨੀ ਵਾਲਾ ਇੱਕੋ ਜਿਹੀ ਗੱਲ ਹੈ ਜੀ ਅੱਜ ਕੱਲ ਤਾਂ ਤੁਹਾਨੂੰ ਪਤਾ ਨਾ ਹੱਕ ਬਰਾਬਰ ਹੈਗੇ ਜੀ ਜੀ ਹੱਕ ਬਰਾਬਰ ਹੈ ਹੱਕ ਬਰਾਬਰ ਉਹ ਕਹਿੰਦੇ ਜੀ ਜੋ ਭਾਰਤੀ ਜਨਤਾ ਪਾਰਟੀ ਵਾਲੇ ਕਹਿਣਗੇ ਸੀ ਉਵੇਂ ਹੀ ਕਰਾਂਗੇ ਤੇ ਜੋ ਕਹਿੰਦੇ ਰਹਿੰਦੇ ਐ ਬਾਦਲ ਸਾਹਿਬ ਸੱਤ ਬਚਨ ਕਹਿ ਕੇ ਮੰਨੀ ਜਾਂਦੇ ਆ ਭਾਵੇਂ ਆਰਐਸਐਸ ਵਾਲੇ ਸਾਡੇ ਧਾਰਮਿਕ ਮਾਮਲੇ ਵਿੱਚ ਦਖਲ ਦੇ ਜਾਣ ਜੋ ਮਰਜੀ ਜੋ ਮਰਜੀ ਕਰੀ ਜਾਂਦੇ ਕਿਉਂਕਿ ਬਾਦਲ ਸਾਹਿਬ ਦੀ ਇੱਕ ਨੁਕਾਤੀ ਰਾਜਨੀਤੀ ਹੈ ਕਿ ਰਾਜ ਭਾਗ ਚ ਆਪਾ ਰਹਿਣੇ ਹੂੰ ਤੇ ਦੇ ਥੋੜਾ ਰਾਜ ਭਾਗ ਆਪਾਂ ਤੋਂ ਛੁੱਟ ਵੀ ਜਾਵੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਰਾਜ ਭਾਗ ਭਾਗੋਵੇ ਤੇ ਆਪਾਂ ਨੂੰ ਡਿਫੈਂਡ ਕਰ ਸਕੀ ਜੀ ਹੁਣ ਜਦੋਂ ਉਹਨਾਂ ਨੇ ਐਲਾਨ ਕਰਤਾ ਕਿ ਜੀ ਨਤੀਸ਼ ਕੁਮਾਰ ਦੀ ਪਾਰਟੀ ਦਾ ਬੰਦਾ ਹੋਊਗਾ ਉਪ ਚੇਅਰਮੈਨ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੀ ਫਿਰ ਬੜੀ ਤੇਜ਼ੀ ਨਾਲ ਕਹਿੰਦੇ ਜੀ ਆਜੋ ਫਿਰ ਆਪਾਂ ਮੀਟਿੰਗ ਕਰਦੇ ਹਾਂ ਹਮ ਹਮ ਮੀਟਿੰਗ ਸੱਦ ਲਈ ਅਖਬਾਰਾਂ ਦੇ ਵਿੱਚ ਖਬਰਾਂ ਬਿਆਨ ਦਿੱਤੇ ਤੋਂ ਬਗੈਰ ਇਹ ਵੀ ਲੋਅਆਤੀਆਂ ਕਿ ਅਕਾਲੀ ਦਲ ਬਾਈਕਾਟ ਵੀ ਕਰ ਸਕਦਾ ਹੈ ਅੱਛਾ ਜੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਊਗਾ ਇਹ ਜਦੋਂ ਖਬਰ ਲੱਗੀ ਕਿਸੇ ਨੇ ਖੰਡਣ ਨਹੀਂ ਕੀਤਾ ਖੰਡਣ ਤਾਂ ਤਾਂ ਹੋਵੇ ਨਾ ਜੇ ਆਪ ਨਾ ਰੋਈਆਂ ਹੁਣ ਜੀ ਜੀ ਲੋਆਤੀਆਂ ਸਦਲੇ ਜੀ ਕੋਰ ਕਮੇਟੀ ਦੇ ਮੈਂਬਰ ਬਜ਼ੁਰਗ ਬੰਦੇ ਵਿਚਾਰੇ ਢੀਂਸਾ ਸਾਹਿਬ ਭੂਦੜ ਸਾਹਿਬ ਵਰਗੇ ਉਹਨਾਂ ਨੂੰ ਸਦ ਲਿਆ ਮੀਟਿੰਗ ਲਾ ਲਈ ਜੀ ਮੀਟਿੰਗ ਲਾਉਣ ਤੋਂ ਕਹਿੰਦੇ ਐਨ ਮੌਕੇ ਤੇ ਤੁਹਾਨੂੰ ਦੱਸਾਂਗੇ ਵੀ ਅਸੀਂ ਕਰਨਾ ਕੀ ਹੈ ਤੇ ਫਿਰ ਆਪਾਂ ਡਿਸਕਸ ਕੀਤਾ ਸੀ ਉਸ ਖਬਰ ਨੂੰ ਜੀ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਅਕਾਲੀ ਦਲ ਕੋਲੇ ਬਹੁਤ ਸੁਨਹਿਰੀ ਮੌਕਾ ਹੈ ਪੰਜਾਬ ਦੇ ਵਿੱਚ ਆਪਦੇ ਪੈਰ ਲਾਉਣ ਦਾ ਉਹਨਾਂ ਨੂੰ ਚਾਹੀਦਾ ਕਿ ਉਹ ਕਹਿਣਾ ਅਕਾਲੀ ਦਰਬ ਨਾਲੇ ਬਾਈਕਟ ਵੀ ਕਰ ਦੇਣ ਤੇ ਨਾਲ ਦੀ ਨਾਲ ਹੀ ਕਹਿ ਦੇਣ ਜੀ ਲਓ ਬੀਬਾ ਹਰ ਸਿਮਰਤ ਕੌਰ ਬਾਦਲ ਨੇ ਦਿੱਤਾ ਅਸਤੀਫਾ ਹਾਂ ਜੀ ਤੇ ਇਹ ਚੀਜ਼ੀ ਨੂੰ ਲਾ ਕੇ ਮਤਲਬ ਲਹੂ ਤੇ ਸ਼ਹੀਦੀ ਦਾ ਰਤਬਾ ਹਾਸਲ ਕਰ ਸਕਦਾ ਸੀ ਪੰਜਾਬ 'ਚ ਪਰ ਮੇਰਾ ਖਿਆਲ ਹੈ ਵੀ ਉਤੋਂ ਇਸ਼ਾਰਾ ਹੋ ਗਿਆ ਕਿ ਬਾਈਬਲ ਕਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੀ ਸੀਬੀਆਈ ਇਹ ਭਾਈ ਸਾਰਾ ਕੁਝ ਹੈਗਾ ਹੂੰ ਹੂੰ ਹੁਣ ਐਂ ਦੱਸੋ ਵੀ ਕਿਹੜੇ ਪਾਸੇ ਨੂੰ ਜਾਣੇ ਜੀ ਜੀ ਲਾਲੇ ਪਾਸੇ ਨੂੰ ਤੁਰਨਾ ਹੈ ਕਿ ਇਧਰ ਕਰਨਾ ਤੇ ਬਗੈਰ ਕਹੇ ਤੋਂ ਜੀ ਫਿਰ ਕਿਸੇ ਨੇ ਕਿਹਾ ਨਹੀਂ ਕੀਤਾ ਨਹੀਂ ਕਿ ਆਪ ਹੀ ਐਲਾਨ ਕਰਤਾ ਦੋ ਤਿੰਨ ਮੀਟਿੰਗਾਂ ਲਾਉਣ ਤੋਂ ਬਾਅਦ ਕਰਨ ਤੋਂ ਬਾਅਦ ਕਹਿੰਦੇ ਜੀ ਪੁਰਾਣੀ ਤਨਖਾਹ ਤੇ ਹੀ ਕੰਮ ਕਰਾਂਗੇ ਚਲੋ ਪੁਰਾਣੀ ਤਨਖਾਹ ਤੇ ਵੀ ਲਾਗੇ ਤਾਂ ਵੀ ਬਹੁਤ ਵਧੀਆ ਹਾਂਜੀ ਹਾਂਜੀ ਉਹਨਾਂ ਨੇ ਵੋਟਾਂ ਪਾਤੀਆਂ ਜੀ ਤੇ ਉਹ ਵੋਟਾਂ ਪਾ ਕੇ ਬਣ ਗਏ ਜੀ ਹੁਣ ਅਗਲੀ ਗੱਲ ਜੀ ਆਪਾਂ ਕਹੀਏ ਕਹਿੰਦੇ ਜੀ ਵੋਟਾਂ ਪਾਤੀਆਂ ਤੇ ਜਿੱਤ ਗਏ ਹੂੰ ਹੂੰ ਜਿੱਤ ਗਏ ਜੀ ਉਹਨਾਂ ਨੇ ਜਿੱਤਣਾ ਸੀ ਉਹਨਾਂ ਦੀ ਰਾਜ ਭਾਗ ਹੈ ਜੇ ਅਕਾਲੀ ਦਲ ਵਾਲੇ ਜਿਹੜੀ ਏਡੀ ਵੱਡੀ ਪ੍ਰਾਪਾਲਟੀ 1920 ਵਾਲੀ ਪਾਰਟੀ ਦੀਦੇ ਡੇਡ ਡਬੱਡੇ ਜਰਨਲ ਜੋ ਦੇ ਪ੍ਰਧਾਨ ਹੋਏ ਹੈ ਜੀ ਤੇ ਜੇ ਇਸ ਮੁਕਾਮ ਦੇ ਉੱਤੇ ਆ ਕੇ ਮੀਟ ਕਮੂਟ ਕਾ ਕਰਕੇ ਉਹ ਵੀ ਕਹਿੰਦੇ ਜੀ ਪੁਰਾਣੀ ਤਰ੍ਹਾਂ ਤੇ ਕੰਮ ਕਰਾਂਗੇ ਤੇ ਫਿਰ ਬਾਕੀਆਂ ਦਾ ਕੀ ਬੜਨਾ ਸੀ ਜੀ ਪੀਡੀਪੀ ਹੈ ਜੀ ਪੀਡੀਪੀ ਵਾਲੇ ਵੀ ਰਹਿ ਗਈ ਉਹ ਵੀ ਕਹਿੰਦੇ ਅਸੀਂ ਬਾਈਕਟ ਕਰਾਂਗੇ ਇੱਕ টিਆਰਐਸ ਹੈ ਉਹ ਵੀ ਬਾਈਕਟ ਕਰਗੇ ਜੀ ਇੱਕ ਆਪਣੇ ਤੁਹਾਡੇ ਬਿੱਜੂ ਜਨਤਾਦਲ ਵਾਲੇ ਹੂੰ ਹੂੰ ਉਹ ਵੀ ਦੂਜੇ ਪਾਸੇ ਪਹੁੰਚੇ ਬਿੱਜੂ ਜਨਤਾ ਪਾਲਿਆਂ ਦੀ ਖਰਸਤ ਸਥਿਤੀ ਇਹੋ ਜੀ ਆ ਵੀ ਗਾਇਬ ਗਾਹੇ ਅਲੱਗ ਅਲੱਗ ਸਟੈਂਡ ਲੈਦੇ ਜੀ ਤੁਹਾਡੀ ਯਾਦ ਹੋਣਾ ਜਦੋਂ ਮਿਸਟਰ ਹਾਮਿਦ ਕਰਜੇ ਡਿਪਟੀ ਚੇਅਰ ਆਪਣਾ ਉਪ ਰਾਸ਼ਟਰਪਤੀ ਬਣੇ ਚੇਅਰਮੈਨ ਬਣੇ ਰਾਜ ਸਭਾ ਦੇ ਉਪ ਰਾਸ਼ਟਰਪਤੀ ਦੀ ਚੋਣ ਵੇਲੇ ਉਦੋਂ ਬਿੱਜੂ ਜਨਤਾ 당ਲ ਵਾਲੇ ਜਿਹੜੇ ਸੀ ਨਵੀਨ ਪਟਨਾਇਕ ਇਹ ਐਬਸਟੇਨ ਹੋ ਗਏ ਸੀ ਗੈਰ ਹਾਜ਼ਰ ਹੋ ਗਏ ਸੀ ਜੀ ਅਸੀਂ ਨਹੀਂ ਯਾਉਂਦੇ ਲੇਕਿਨ ਫੇਰ ਜਦੋਂ ਗੋਪਾਲ ਕ੍ਰਿਸ਼ਨ ਗਾਂਧੀ ਹਾਂ ਨੂੰ ਬੰਕਈਆ ਨੇਡੂ ਦੇ ਮੁਕਾਬਲੇ ਤੇ ਬਣਾਇਆ ਯੂਪੀਐ ਨੇ ਆਪਣਾ ਕੈਂਡੀਡੇਟ ਉਪ ਰਾਸ਼ਟਰਪਤੀ ਲਈ ਤੇ ਉਦੋਂ ਇਹਨਾਂ ਨੇ ਵੋਟਾਂ ਪਾਤ ਗਿਆ ਸੀ ਮਤਲਬ ਕਈ ਵਾਰੀ ਬੰਦਾ ਦੇਖ ਕੇ ਫੈਸਲਾ ਲੈਂਦੀ ਹੈ ਅਸਲ ਦੇ ਵਿੱਚ ਜਿਹੜੀ ਮੇਰੀ ਜਾਣਕਾਰੀ ਹੈ ਮੈਨੂੰ ਪਤਾ ਲੱਗਿਆ ਹੈ ਕਿ ਕਾਂਗਰਸ ਪਾਰਟੀ ਨਹੀਂ ਸੀ ਲੜਨਾ ਚਾਹੁੰਦੀ ਇਹ ਚੋਣ ਅੱਛਾ ਜੀ ਕਾਂਗਰਸ ਪਾਰਟੀ ਇਹ ਚਾਹੁੰਦੀ ਸੀ ਕਿ ਆਪਾਂ ਇਹੋ ਜਿਹੇ ਬੰਦੇ ਨੂੰ ਕੈਂਡੀਡੇਟ ਬਣਾਈਏ ਜਿਹੜਾ ਜਿੱਤ ਵੀ ਜਾਵੇ ਤੇ ਜਿਹਦਾ ਨਾਲ ਆਪੋਜੀਸ਼ਨ ਦੀ ਏਕਤਾ ਵਾਸਤੇ ਵੀ ਗੱਲ ਬਣ ਜੇ ਜੀ ਸੋ ਉਹਨਾਂ ਨੇ ਜਿਹੜੀ ਆਪਣੀਆਂ ਹੈ ਨਾ ਰਾਸ਼ਟਰੀ ਹੂੰ ਕਾਂਗਰਸ ਐਨਸੀਬੀ ਐਨਸੀਬੀ ਨੈਸ਼ਨਲਿਸਟ ਕਾਂਗਰਸ ਪਾਰਟੀ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਆਪਣਾ ਕੈਂਡੀਡੇਟ ਬਣਾਓ ਤੇ ਉਹਨਾਂ ਨੇ ਕਹਿੰਦੇ ਜੀ ਬੰਦਨਾ ਚਵਾਨ ਨੂੰ ਆਪਣਾ ਉਮੀਦਵਾਰ ਬਣਾਉਣ ਬਾਰੇ ਫੈਸਲਾ ਵੀ ਅੰਦਰ ਖਾਤੇ ਕਰ ਲਿਆ ਸੀ ਹੂੰ ਉਹਦਾ ਕਾਰਨ ਇਹ ਸੀ ਕਿ ਜੇ ਬੰਦਨਾ ਚਵਾਨ ਬਣ ਕੇ ਆਪਣਾ ਉਮੀਦਵਾਰ ਤੇ ਫਿਰ ਬਿਲਕੁਲ ਉਸੇ ਤਰ੍ਹਾਂ शिवसेना ਤੋਂ ਵੀ ਆਪਾਂ ਨੂੰ ਵੋਟਾਂ ਮਿਲਣਗੀਆਂ ਉਮੀਦਾਂ ਹੈਗੀਆਂ ਜਿਵੇਂ ਜਦੋਂ ਪਰਤੂਆ ਪਾਟਲ ਬਣਾਈ ਹੈ ਨਾ ਰਾਸ਼ਟਰਪਤੀ ਉਦੋਂ शिवसेना ਵਾਲੇ ਨੇ ਕਹਿੰਦਾ ਸੀ ਵੀ ਭਾਈ ਮਹਾਰਾਸ਼ਟਰ ਦੀ ਇਸਤੇਜ ਖلاف ਜਾਈ ਨਹੀਂ ਸਕਦੇ ਹੂੰ ਹੂੰ ਤੇ ਇਹ ਸੋਚ ਕੇ ਕਾਂਗਰਸ ਪਾਰਟੀ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ ਨੂੰ ਕਿਹਾ ਸੀ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਲੀਡਰ ਤੋਂ ਥੋੜੀ ਜੀ ਦੇਰੀ ਹੋ ਗਈ ਹੂੰ ਹੂੰ ਸ਼ਰਦ ਪਵਾਰ ਤੋਂ ਸ਼ਰਦ ਪਵਾਰ ਦੇ ਬਾਕੀ ਪਾਰਟੀਆਂ ਦੇ ਲੀਡਰਾਂ ਨਾਲ ਚੰਗੇ ਸਬੰਧ ਹੈ ਜੀ ਜਦੋਂ ਇਹਨਾਂ ਨੇ ਬੀਜੂ ਜਨਤਾਦਾਰ ਵਾਲੇ ਨਵੀਨ ਪਟਨਾਇਕ ਜਿਹੜੇ ਓਡੀਸ਼ਾ ਦੇ ਮੁੱਖ ਮੰਤਰੀ ਐ ਉਹਨਾਂ ਨੂੰ ਕੀਤਾ ਫੋਨ ਵੀ ਕਾਕਾ ਜੀ ਫਿਰ ਆਪਣੇ ਕੈਂਡੀਡੇਟ ਸਾਡਾ ਤੇ ਤੁਸੀਂ ਮਦਦ ਕਰੋ ਹੂੰ ਹੂੰ ਉਦੋਂ ਉਹਨੇ ਦੱਸਤਾ ਸੀ ਜੀ ਨਵੀਨ ਪਟਨਾਇਕ ਨੇ ਜੀ ਨਹੀਂ ਦੇਰ ਹੋ ਗਈ ਹੂੰ ਹੂੰ ਤੁਸੀਂ ਤਾਂ ਮੈਨੂੰ ਕਿਹਾ ਹੀ ਨਹੀਂ ਤੇ ਮੈਨੂੰ ਤਾਂ ਨਤੀਸ਼ ਕੁਮਾਰ ਦਾ ਫੋਨ ਆ ਗਿਆ ਸੀ ਮੈਂ ਉਹਦੇ ਨਾਲ ਕਮਿਟਮੈਂਟ ਕਰ ਬੈਠਾ ਜੀ ਇਸ ਲਈ ਸਾਡੀਆਂ ਵੋਟਾਂ ਜਿਹੜੀਆਂ ਰਾਜ ਸਭਾ ਦੀਆਂ ਇਹ ਤਾਂ ਉਧਰ ਜਾਣ ਗਈਆਂ ਤੇ ਉਹਨਾਂ ਦੀਆਂ ਵੋਟਾਂ ਹੰਦਾਂ ਨਿਲਗੇ ਸਭ ਇਨੀਆਂ ਖਹਿ ਗਈਆਂ ਹੂੰ ਹੂੰ ਕਿ ਉਹਦੇ ਨਾਲ ਪਾਸਾ ਪਲਟ ਸਕਦੇ ਜੀ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਮੇਰੇ ਖਿਆਲ ਨੌਂ ਵੋਟਾਂ ਹਨ ਉਹਨਾਂ ਦੀਆਂ ਰਾਜਸਭਾ ਦੇ ਨੌਂ ਮੈਂਬਰੇ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਕਿ ਜੀ ਅਸੀਂ ਤਾਂ ਵੋਟ ਇਧਰ ਪਾਵਾਂਗੇ ਜੀ ਤੇ ਜਿਹੜੀ ਸ਼ਿਵ ਸੈਨਾ ਬਾਰੇ ਇਹ ਪਹਿਲਾਂ ਆ ਰਹੀਆਂ ਸੀਆਂ ਖਬਰਾਂ ਕਿ ਉਹ ਵੀ ਬਾਈਕਟ ਕਰ ਸਕਦੀ ਹੈ ਜੀ ਸ਼ਿਵ ਸੈਨਾਲੇ ਨੇ ਵੀ ਕਹਿਤਾ ਸੀ ਐਨਡੀਆ ਦਾ ਹਿੱਸਾ ਭਾਈ ਫਿਰ ਅਸੀਂ ਵੀ ਵੋਟਾਂ ਪਾ ਦਨੇ ਹੂੰ ਉਹ ਵੀ ਚਲੇ ਗਏ ਉੱਥੇ ਫਿਰ ਕਾਂਗਰਸ ਪਾਰਟੀ ਨੂੰ ਹੋਗਾ ਵੀ ਇਹਨਾਂ ਨੇ ਤਾਂ ਹੁਣ ਹੈ ਨਹੀਂ ਤੇ ਹੁਣ ਮੈਦਾਨ ਖਾਲੀ ਨਾ ਚੜੀ ਜੀ ਫਿਰ ਕਾਂਗਰਸ ਪਾਰਟੀ ਨੇ ਆਪ ਦਾ ਕੈਂਡੀਡੇਟ ਖੜਾ ਕਰਤਾ ਹੂੰ ਹੂੰ ਉਹ ਉਸ ਕੈਂਡੀਡੇਟ ਦੀ ਖਾਤਰ ਉਹਨਾਂ ਨੇ ਵੀ ਕੋਈ ਜਿਹੜੀ ਬਹੁਤੀ ਸੰਜੀਦਗੀ ਨਹੀਂ ਦਿਖਾਈ ਕਿਉਂਕਿ ਜਦੋਂ ਪਤਾ ਸੀਗਾ ਵੀ ਬਿੱਜੂ ਜਨਤਾ 당ਲ ਉਧਰ ਗਿਆ ਨੌ ਬੰਦੇ ਉਹਨਾਂ ਦੇ ਗਏ ਹੂੰ ਹੂੰ ਤੇ ਸਾਨੂੰ ਹੁਣ ਹੋਰ ਕਿਤੇ ਕੋਈ ਖੈਰ ਪੈਂਦੀ ਦੀਦੀ ਨਹੀਂ ਆਪਾਂ ਕਹਿਣਾ ਵੀ ਕਾਨੂੰ ਹੈ ਤੇ ਆਮ ਆਦਮੀ ਪਾਰਟੀ ਵਾਲੇ ਵੀ ਹੂੰ ਹੂੰ ਇਹ ਵੀ ਬਾਈਕਾਟ ਕਰ ਗਏ ਇਹ ਕਹਿੰਦੇ ਸਾਨੂੰ ਕਿਸੇ ਤੇ ਰਿਆਖਾ ਹੀ ਨਹੀਂ ਜੀ ਨਾ ਇਹਨਾਂ ਨੂੰ ਬੀਜੇਪੀ ਵਾਲੇ ਨੇ ਆਖਿਆ ਤੇ ਨਾ ਇਹਨਾਂ ਨੂੰ ਕਾਂਗਰਸ ਨੇ ਆਖਿਆ ਤੇ ਇਹਵੇਂ ਜਿਵੇਂ ਮਤਲਬ ਜਿਹੜਾ ਸੀ ਬਾਈਕਾਟ ਦੇ ਵਿੱਚ ਦੀ ਇਹ ਹੁਣ ਜਿੱਤ ਗਿਆ ਆਪਣੇ ਹਰੀਵੰਸ਼ ਜੀ ਜੀ ਚਲੋ ਜਿਹੜਾ ਜਿੱਤਿਆ ਹੁੰਦਾ ਜੀ ਉਹ ਜੇਤੂ ਜਰਨਲ ਹੈ ਜੀ ਬਿਲਕੁਲ ਤੇ ਹਰੀਵੰਸ਼ ਕਿਉਂਕਿ ਪੱਤਰਕਾਰ ਵੀ ਹੈ ਇਸ ਕਰਕੇ ਆਪਣੀ ਤੱਕ ਤਸੜਾ ਇਲੈਕਟਡ ਹੈ ਇੱਕ ਪੱਤਰਕਾਰ ਪੱਤਰਕਾਰ ਭਾਈਚਾਰਾ ਵੀ ਗੱਲ ਬਣਦੀ ਹੈ ਜੀ ਕੋਈ ਇਸ ਨਵੇਂ ਅਹੁਦੇ ਤੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਮੁਬਾਰਕਬਾਦ ਦਿੰਦੇ